ਉਹ ਇੱਕ ਪਿੰਡ ਵਿੱਚ ਪੰਜ-ਪੰਜ ਗੁਰੂ ਘਰ ਬਣ ਗયા ਮौज ਲੱਗੀ ਪਈ ਆ ਪਰ ਧਾਨਾ ਨੂੰ ਗੁਰੂ ਘਰ ਬਹਿ ਕੇ ਖਾਂਦੇ ਮੀਟ ਤੇ ਸ਼ਰਾਬਾਂ ਕੀਲੀ ਉੱਤੇ ਟੰਗ ਕਰ ਪਾਨਾ ਨੂੰ ਆਪਣੇ ਪੁੱਤਾਂ ਨੂੰ ਜੋ ਮੱਤਾਂ ਦਿੰਦਾ ਸੀ ਆਪਣੇ ਪੁੱਤਾਂ ਨੂੰ ਜੋ ਮੱਤਾਂ ਦਿੰਦਾ ਸੀ ਪੱਬਾਂ ਵਿੱਚ ਜਾਨ ਪੁੱਤ ਜਥੇਦਾਰ ਦੇ ਸਸਰੀ ਕਾਲ ਤਾਂ ਬੁਲਾਉਣੀ ਭੁੱਲ ਗਏ ਚੌਂਕਾਂ ਵਿੱਚ ਖੜ੍ਹ ਲਲਕਾਰੇ ਮਾਰਦੇ ਠੀਕ ਹੈ ਜੀ ਸਤ ਸ੍ਰੀ ਅਕਾਲ ਤਾਂ ਬੁਲਾਉਣੀ ਭੌ ਲਗਾ ਚੌਂਕਾਂ ਵਿੱਚ ਖੜ ਲਲਕਾਰੇ ਮਾਰਦੇ ਤੇ ਡੋਡੇ ਫੀਮਾ ਖਾ ਕੇ ਗੁਰਦਵਾਰੇ ਵਿੱਚ ਜਾਣ ਪੁੱਤ ਸਰਦਾਰਾਂ ਦੇ ਠੀਕ ਹੈ ਤੁਸੀਂ ਕਈ ਦੇਖਿਆ ਹੁੰਦਾ ਪੇ ਸਰਦਾਰ ਹੁੰਦਾ ਮੁੰਡਾ ਅੰਬਲੀ ਬਣ ਜਾਂਦਾ ਡੋਡੇ ਫੀਓ ਖਾ ਕੇ ਨਾ ਪੀ ਕੇ ਤੇ ਗੁਰਦਵਾਰੇ ਜਾਂਦਾ ਹੁੰਦਾ ਪੇ ਸਰਦਾਰ ਤੇ ਪੁੱਤ ਅੰਬਲੀ ਇਦਾਂ ਦੇ ਬੰਦੇ ਵੀ ਤੁਸੀਂ ਦੇਖੇ ਹੋਣੇ ਆ ਠੀਕ ਹੈ ਤੇ ਦੂਜੇ ਇੱਧਰ ਨੂੰ ਆ ਜਾ ਮੇਰੇ ਯਾਰਾਂ ਹੁਣ ਤੁਸੀਂ ਇੱਕ ਆ ਵੀਡੀਓ ਮੈਂ ਦੇਖੀ ਐ ਕੱਲ ਪਰਸੋਂ ਇੱਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੱਸਾਂ ਤੋਂ ਉਹ ਖੰਡੇਰੀਆਂ ਜਿਹੜੀਆਂ ਲੱਗੀਆਂ ਹੋਣੀਆਂ ਪਿੱਛੇ ਫੋਟੋਆਂ ਤੇ ਉਹ ਲਾਉਂਦੇ ਨੇ 10 12 ਨੰਗ ਇਕੱਠੇ ਹੋ ਕੇ ਠੀਕ ਐ ਤੇ ਤਾਂ ਹੀ ਸਿੰਘਾਂ ਦੇ 12 ਵਜੇ ਉਹ ਤੇ 12 ਵਜੇ ਦਾ ਮਤਲਬ ਇਹ ਹੁੰਦਾ ਵੀ ਇਹਨਾਂ ਨੂੰ ਕੰਮ ਕਰਨ ਤੋਂ ਬਾਅਦ ਚੇਤਾ ਹੁੰਦਾ ਹੁੰਦਾ ਵੀ ਅਸੀਂ ਆਹ ਕੰਮ ਕੀਤੇ ਚਲੋ ਹੁਣ ਜਿਹੜੇ ਸਰਦਾਰ ਐ ਉਹ ਠੀਕ ਐ ਉਹਨਾਂ ਦੇ 12 ਨਹੀਂ ਵੱਜਦੇ ਆ ਜਿਹੜਿਆ ਨਵੇਂ ਆਏ ਰੰਗ ਰੂਟ ਹਨਾ ਇਹਨਾਂ ਦੇ 24 150 500 ਵੀ ਵੱਜ ਜਾਂਦਾ ਤੇ ਇਹਨਾਂ ਨੇ ਬੱਚਾਂ ਦੇ ਡਰਾਈਵਰਾਂ ਨੂੰ ਕਹਿੰਦੇ ਆਖ ਖੰਡੇ ਦੀ ਫੋਟੋ ਲਾਓ ਆਹ ਲਾਓ ਇਹਨਾਂ ਨੂੰ ਹੁਣ ਚੇਤਾ ਆਉਣ ਲੱਗਾ 30 ਸਾਲਾਂ ਦੇ ਵਿੱਚ ਇਹਦਾ ਮਤਲਬ ਤੁਹਾਡੇ ਦਾ ਯਕੀਨ ਅਸੀਂ ਕੀ ਕਰੀਏ ਜਿਨ੍ਹਾਂ ਬੰਦਿਆਂ ਦਾ ਦਿਮਾਗ ਹੀ ਕੰਮ ਨਹੀਂ ਕਰਦਾ 30-30 ਸਾਲ ਬਾਅਦ ਗੱਲ ਚੇਤੇ ਆਉਂਦੀ ਆ ਤੇ ਉਹ ਇੱਕ ਗੱਲ ਨੂੰ ਲੈ ਕੇ ਮੁੱਦਾ ਬਣਾ ਕੇ ਪੇਸ਼ ਕਰਦੇ ਆ ਤੁਸੀਂ ਤੇ ਮੈਂ ਤਾਂ ਕਹਣਾ ਤੁਹਾਡਾ ਦਿਮਾਗ ਬਿਲਕੁਲ ਖਤਮ ਹੋ ਚੁੱਕਾ ਹੂੰ ਤੇ ਤੁਹਾਡਾ ਕੋਈ ਡਾਕਟਰਾਂ ਰੂਟਰਾਂ ਦੇ ਜਾਵੋ ਠੀਕ ਹੈ ਕਿ ਨਹੀਂ ਕੋਈ ਇਲਾਜ ਆਪਣੇ ਕਰਾਓ ਜਾ ਕੇ ਤੇ ਸਟਿੱਕਰ ਲੱਗਿਆ ਬਸੋਂ ਦੇ ਧੂੜ ਪੈਂਦੀ ਆ ਅੱਗੇ ਨਹੀਂ ਧੂੜ ਪੈਂਦੀ ਹੈਗੀ ਹੂੰ ਤੇ ਇਹ ਮੁੱਦਾ ਤੁਸੀਂ ਚੱਕ ਕੇ ਠਾੜ ਲੈਣੇ ਆ ਚੌਥੇ ਦਿਨ ਆਣ ਕੇ ਬੇਲੜ ਤੁਸੀਂ ਹੈਗੇ ਹੂੰ ਤੇ ਇੱਥੇ ਕੋਈ ਡਿਗਰੀ ਦੀ ਜ਼ਰੂਰਤ ਕੋਈ ਨਹੀਂਗੀ ਉਦਾਂ ਦੇ ਇਹ ਆ ਅਨਪੜ ਜਿੱਦਾਂ ਦੇ ਤੁਹਾਨੂੰ ਮੋਰੇ ਭਰਤੀ ਕਰ ਲੈਂਦੇ ਨੇ ਮੈਨੂੰ ਦੁਨੀਆ ਦੇ ਵਿੱਚ ਇਹੋ ਜਿਹੀ ਕੰਪਨੀਆਂ ਦੱਸੋ ਕੋਈ ਵੀ ਆ ਆਰਮੀ ਦਾ ਕੋਈ ਪੁਲਿਸ ਆ ਕੋਈ ਆਫੀਸਰ ਜਿੰਨੇ ਵੀ ਹੈਗੇ ਨੇ ਮੈਂ ਬਿਨਾਂ ਇੰਟਰਵਿਊ ਤੋਂ ਡਿਗਰੀ ਤੋਂ ਤੁਹਾਨੂੰ ਨੌਕਰੀ ਆ ਭਰਤੀ ਕਰਦਾ ਕੋਈ ਵੀ ਇੱਕ ਵੀ ਵਿਭਾਗ ਮੈਨੂੰ ਦੱਸ ਦਿਓ ਠੀਕ ਹੈ ਤੇ ਜੇ ਇਹ ਵਿਭਾਗ ਆ ਇਹਨਾਂ ਦਾ ਵਿਭਾਗ ਹੈ ਜਿੱਥੇ ਤੁਹਾਨੂੰ ਭਰਤੀ ਕਰ ਲੈਂਦੇ ਨੇ ਇਹ ਇੱਥੇ ਜਿੱਥੇ ਮਰਜ਼ੀ ਆ ਜਾਓ ਕ੍ਰਿਮੀਨਲ ਆ ਜਾਓ ਠੀਕ ਹੈ ਚੋਰ ਆ ਜਾਓ ਲਟੇਰੇ ਆ ਜਾਓ ਜਿੱਦਾਂ ਦੇ ਹੈਗੇ ਤੁਸੀਂ ਉਦਾਂ ਦੇ ਆ ਜਾਓ ਇਹ ਤੁਹਾਨੂੰ ਭਰਤੀ ਕਰ ਲੈਣਗੇ ਕੋਈ ਬੈਂਕ ਤੁਹਾਡੀ ਬੈਕਗਰਾਉਂਡ ਜਿਹੜੀ ਉਹ ਦੇਖਣੀ ਕੋਈ ਨਹੀਂ ਕਿ ਤੇ ਤੁਸੀਂ ਕੰਮ ਕੀ ਕੀਤੇ ਆ ਪਹਿਲਾਂ ਤੇ ਜਿੱਦਾਂ ਦੇ ਤੁਸੀਂ ਨਾ ਮ ਗਦੇ ਪਿੱਛੋਂ ਤੇ ਉਦਾਂ ਦੇ ਗਧਿਆਂ ਨੇ ਇਦਾਂ ਦੇ ਕੰਮ ਕਰਨੇ ਅੱਗੇ ਆਣ ਕੇ ਵੀ ਤੁਸੀਂ ਤੁਸੀਂ ਜਿਹੜੇ ਕੋਈ ਚੰਗੇ ਕੰਮ ਕਰ ਲੈਣੇ ਤੁਹਾਨੂੰ ਕੋਈ ਕੰਮ ਹੋਰ ਆਉਂਦਾ ਹੋਵੇ ਤਾਂ ਤੁਸੀਂ ਕਰੋਗੇ ਕਿ ਤੁਹਾਨੂੰ ਆਹ ਹੀ ਕੰਮ ਆਉਂਦਾ ਵੀ ਭਾਰਤੀ ਹੋ ਜਾਓ ਬਸ ਠੀਕ ਆ ਤੇ ਆ ਕੋਈ ਮੁੰਡਾ ਕੋਈ ਗੜਾ ਵਿੱਕੀ ਥੋਮਸ ਕਰਕੇ ਆ ਸਟਿੱਕਰ ਲਾਉਂਦਾ ਨਾਮ ਇਹ ਚਿੱਤ ਆ ਗਿਆ ਥੋਮਸ ਥੋਮਸ ਨਾ ਇਟਮ ਦੀਆਂ ਦੇ ਹੁੰਦੇ ਨੇ ਇਹ ਤਾਂ ਥੋਮਸ ਕਿੱਥੋਂ ਆ ਗਿਆ ਇਹਦੀ ਖੁਸਰੇ ਵਰਗੀ ਆਵਾਜ਼ ਵਾ ਤੇਰੀ ਖੁਸਿਆ ਤੂੰ ਖੁਸਰਾ ਜਦੋਂ ਦਾ ਹੁੰਦਾ ਉਦਾਂ ਹੀ ਤੇਰੀਆਂ ਆਵਾਜ਼ਾਂ ਜਿਹੜੀਆਂ ਨੂਰਾ ਨਹੀਂ ਕਾਉਣੀਆਂ ਫਲੋਰ ਦੇ ਕੋਲ ਦੋ ਭੈਣਾ ਉਦਾਂ ਦੀਆਂ ਆਵਾਜ਼ਾਂ ਕੱਢਿਆ ਕਰ ਉਹ ਜਦਾ ਕਾਦੀ ਪੀਰ ਮੇਰੇ ਅਗਾ ਸੈਰ ਕਰਾਉਂਦੀ ਪੀਰ ਉਦਾਂ ਦੀ ਆਵਾਜ਼ ਤੇਰੀ ਹੈ ਉਹਨਾਂ ਨਾਲ ਜਾ ਕੇ ਉੱਥੇ ਕੋਈ ਪ੍ਰੋਗਰਾਮ ਢੋਲ ਕੀ ਢਾਲ ਕੀ ਉਹਨਾਂ ਦੀ ਢਿੱਲੀ ਢੁੱਲੀ ਹੁੰਦੀ ਦਾ ਕੱਸ ਦਿਆ ਕਰ ਤੇ ਤੇਰੇ ਵਰਗੇ ਬੰਦੇ ਰਾਸ ਪੀਣਦੇ ਹੁੰਦੇ ਬੇੜਨੇ ਦੇ ਕੋਲੋਂ ਤਾਂ ਪੈਸਾ ਨਹੀਂ ਹੁੰਦਾ ਨਿਕਲਦਾ ਤੇ ਆਧਾਰ ਕਰਦੇ ਆ ਭਈਏ ਭਈ ਉਹਦੇ ਨਾਲ ਪਰ ਕਾਹ ਪਰਸੋਂ ਦੇ ਦਊਗਾ ਇੱਥੇ ਤੁਸੀਂ ਇਹਨਾਂ ਦੀਆਂ ਫੌਜਾਂ ਵਜੋਂ ਨਿਹੰਗਾਂ ਦੀ ਭਰਤੀ ਹੋ ਜੰਨੇ ਆ ਇੱਥੇ ਆਣ ਕੇ ਸਰਦਾਈਆਂ ਬਦਾਮ ਰਗੜਦੇ ਆ ਭੰਗਾ ਕੋਟ-ਕੋਟ ਕੇ ਪੀਨੇ ਆ ਮੋਜਾਂ ਲੱਗੀਆਂ ਆ ਹੈ ਅਸੀਂ ਬੇਕੂਫਾਂ ਜਿਹੜੇ ਪੈਸੇ ਤੁਹਾਨੂੰ ਚੜੀ ਜਾਂਦੇ ਆ ਗੁਰਦੁਆਰੇ ਦੇ ਵਿੱਚ ਹੈ ਬਈ ਇਹਨਾਂ ਬੰਦਿਆਂ ਨੂੰ ਪੈਸੇ ਦਿਓ ਤੇ ਤੁਸੀਂ ਤਾਂ ਹੈ ਹੀ ਬੇਲਣੋ ਤੁਸੀਂ ਭੰਗ ਪੀ ਕੇ ਤੁਸੀਂ ਬਦਾਮ ਖਾ ਖੂ ਕੇ ਅਜੇ ਕਿਰਪਾਨਾਂ ਟਹੂਏ ਕੁੜੂ ਦੇ ਬੰਦਿਆਂ ਦੇ ਮਾਰੀ ਜਾਂਦੇ ਆ ਤੇ ਅਗੋਟੋ-ਗੋਟਾ ਬਾੜਨਦਾ ਤਾਂ ਇਹਨਾਂ ਆਪਣੇ ਬੰਦਿਆਂ ਨਾਲ ਹੀ ਆਹ ਹਰਕਤਾਂ ਇਹ ਬੰਦੇ ਕਰਦੇ ਨੇ ਠੀਕ ਹੈ ਕਿ ਨਹੀਂ ਤੇ ਇਹਨਾਂ ਬੰਦਿਆਂ ਨੂੰ ਤੁਸੀਂ ਕਰਪਾਣਾ ਦਿੱਤੀਆਂ ਅਸਰੇ ਦਿੱਤੇ ਹੋਆ ਕੋਈ ਜ਼ਰੂਰਤ ਤਾਂ ਹੈ ਕੋਈ ਨਹੀਂ ਤੁਹਾਡੀ ਇੰਨਾ ਸਾਰਾ ਚੱਕਾਉਣ ਦੀ ਇਹ ਪਹਿਲਾਂ ਮੈਨੂੰ ਮੈਂ ਤਾਂ ਕ੍ਰੈਸਚਨ ਧਰਮ ਦੇ ਵਿੱਚ ਸੀ ਹਨਾ ਤੇ ਉਹ ਛੱਡ ਕੇ ਫਿਰ ਇਸ ਧਰਮ ਦੇ ਵਿੱਚ ਸਿੰਘ ਬਣਿਆ ਪਿੱਛੇ ਜਿਹੇ ਹਫ਼ਤਾ ਰੋ ਗਿਆ ਤੇ ਜਿਹੜਾ ਆਪਣੇ ਧਰਮ ਦਾ ਸਕਾ ਨਹੀਂ ਹੋ ਸਕਿਆ ਤੇ ਉਹਨੇ ਤੁਹਾਡਾ ਕਿੱਥੋਂ ਹੋ ਜਾਣਾ ਹੂੰ ਇਹ ਕ੍ਰਮ ਵਾਲਾ ਬੰਦਾ ਇਦਾਂ ਦੇ ਬੰਦਿਆਂ ਦੇ ਛੱਤਰ ਫੇਰਨੇ ਚਾਹੀਦੇ ਜਿਹੜੀਆਂ ਤੁਹਾਡੀਆਂ ਸੰਸਥਾਵਾਂ ਜਿਹੜੇ ਤੁਹਾਨੂੰ ਅਮਰਤ ਛਕਾਉਂਦੇ ਆ ਪਹਿਲਾ ਜੁੱਤ ਪਤਾਨ ਤੁਹਾਡਾ ਕਾਰਨਾ ਜਿਹੜਾ ਚੰਗੀ ਤਰ੍ਹਾਂ ਟਕਾ ਕੇ ਵੀ ਤੁਸੀਂ ਇਸ ਲਾਇਕ ਹੈਗੇ ਆ ਇਹਨਾਂ ਨੂੰ ਫੋਲੋ ਟ੍ਰੀਨਿੰਗ ਦਿਆ ਕਰੋ ਭਾਈ ਅਸੀਂ ਇਨਸਾਨ ਇਨਸਾਨੀ ਰੂਪ ਵਿੱਚ ਰਹਿ ਕੇ ਅਸੀਂ ਸੇਵਾ ਕਰਨੀ ਆ ਇਦਾਂ ਦੇ ਕੰਮ ਕਰਾਇਆ ਕਰੋ ਇਹਨਾਂ ਦੇ ਕੋਲ ਫਿਰ ਇਹਨਾਂ ਨੂੰ ਭਾਰਤੀ ਕਰਿਆ ਕਰੋ ਵੀ ਭਾਰਤੀ ਹੋਣ ਦੇ layak ਹੈਗੇ ਚ ਨਹੀਂ ਹੈਗੇ ਠੀਕ ਹੈ ਤੇ ਇਹ ਜਿਹੜਾ ਕੰਮ ਹੈ ਪੁਲਿਸ ਦਾ ਕੰਮ ਹੈ ਇੰਡੀਆ ਦਾ ਜਿਹੜਾ ਕਾਨੂੰਨ ਹੈ ਨਾ ਉਹਦਾ ਕੰਮ ਹੁੰਦਾ ਉੱਥੇ ਜਾ ਕੇ ਕੇਸ ਕਰੋ ਕੋਰਟ ਦੇ ਵਿੱਚ ਆ ਸਟicker ਲੱਗੇਵਾ ਪੇਪਰ ਦੇ ਵਿੱਚ ਦਿਓ ਜੇ ਉਹ ਮੰਨਦੇ ਆ ਜਿਹੜੇ ਟ੍ਰਾਂਸਪੋਰਟ ਮਾਲਕ ਆ ਉਹ ਉਤਾਰ ਦੇਣਗੇ ਇਹ ਨਹੀਂ ਤੁਸੀਂ ਟਾਕੂ ਲੈ ਕੇ ਰਫਲ ਲੈ ਕੇ ਬੱਸ ਦੇ ਮੋੜੇ ਸਵਾਰੀਆਂ ਨੂੰ ਡਿਸਟਰਬ ਕਰੋ ਠੀਕ ਹੈ ਇਹ ਨਹੀਂ ਹੋਣਾ ਚਾਹੀਦਾ ਜੇ ਇਦਾਂ ਦੀਆਂ ਤੁਹਾਡੀਆਂ ਨੀਤੀਆਂ ਰਹੀਆਂ ਤੇ ਤੁਸੀਂ ਤਰੱਕੀ ਕੀ ਕਰਨੀ ਤੁਸੀਂ ਦੇਸ਼ ਦੀ ਸੇਵਾ ਕਿਹੜੀ ਕਰਦੇ ਹੋ ਤੁਸੀਂ ਮੈਨੂੰ ਇਹ ਤਾਂ ਦੱਸੋ ਤੁਸੀਂ ਆ ਦੇਸ਼ ਦੀ ਸੇਵਾ ਹੁੰਦੀ ਹੈ ਉਦੋਂ ਦਾ ਕੀ ਸੀ ਇੱਥੇ ਦਾ ਜਿਹਨੂੰ ਪਤਾ ਹੀ ਨਹੀਂ ਲੱਗਦਾ ਵੀ ਬੰਦੇ ਇੱਥੇ ਅਸਲਾ ਚੱਕੀ ਫਿਰਦੇ ਨੇ ਬਿਨਾਂ ਗੱਲ ਤੋਂ ਇਹਨਾਂ ਨੂੰ ਅਸਲੇ ਦੇ ਲਾਇਸੈਂਸ ਈਸ਼ੂ ਕਰਨ ਲੱਗਾ ਆ ਤਾਂ ਹੈ ਜੇ ਸਾਡੇ ਵਰਗਾ ਬੰਦਾ ਬਾਹਰੋਂ ਕੋਈ ਜਾਂ ਉੱਧਾ ਇੰਡੀਆ ਦੇ ਵਿੱਚ ਕੋਈ ਜ਼ਿਮੀਂਦਾਰ ਹੈ ਕੋਈ ਹੋਰ ਹੈ ਅਸਲਾ ਲੈਣ ਜਾਂਦਾ ਤਾਂ ਪਹਿਲਾਂ ਡੀਸੀ ਸਾਲਾ ਦੇਖ ਕੇ 50 ਟੀੜੀਆਂ ਮੱਥੇ ਤੇ ਪਾਉਂਦਾ ਵੀ ਕਿੱਥੋਂ ਆ ਗਏ ਹਾਂ ਜੇ ਅਸਲੇ ਦਾ ਲਾਇਸੈਂਸ 1.5 ਸਾਲ ਬਾਅਦ ਗੀੜੇ ਗੂੜੇ ਪਵਾ ਕੇ ਪੈਸੇ ਲੈ ਕੇ ਰੇਸ ਤੋਂ ਲੈ ਲੂ ਕੇ ਦਿੰਦਾ ਆ ਉਹ ਸਾਲਾ ਇਹੋ ਜਿਹੀ ਮਾੜੀ ਨੀਤੀ ਨਾਲ ਦਿੰਦਾ ਉਹ ਬੰਦੇ ਦੇ ਕੋਲੋਂ 2 ਕੁ ਮਹੀਨਿਆਂ ਬਾਅਦ ਅਸਲਾ ਸਾਫ ਕਰਦੇ ਕਰਦੇ ਆਪ ਹੀ ਗੋਲੀ ਚੱਲ ਚੱਲ ਜਾਂਦੀ ਆ ਉੱਥੇ ਜਾਂਦਾ ਰਹਿੰਦਾ ਕਿਉਂ ਨੀਤ ਮਾੜੀ ਨਾਲ ਪਤਾ ਨਹੀਂ ਸਾਲੇ ਨੇ ਕਿਦਾਂ ਨਾਲ ਦਿੱਤਾ ਆ ਗੱਦਿਆਂ ਨੂੰ ਚੱਕ ਚੱਕ ਕੇ ਅਸਲਾ ਰਫਲਾ ਦਿੱਤੀਆਂ ਆ ਤੁਸੀਂ ਇਹਨਾਂ ਨੇ ਕਿੱਥੇ ਜੰਗਾ ਲੜਨ ਜਾਣੇ ਨੇ ਨਾ ਬੰਦਿਆਂ ਨੇ ਇਹ ਤਾਂ ਮੈਨੂੰ ਦੱਸਦੇ ਤੁਸੀਂ ਹੂੰ ਨਾ ਦੇਖੋ ਤੁਸੀਂ ਕਰਪਾਉਣ ਨਾ ਚੱਕ ਚੱਕ ਕਿਦਾਂ ਲਲਕਾਰੇ ਮਾਰਦੇ ਆ ਤੁਹਾਨੂੰ ਨਾਲੇ ਲਾਇਸੈਂਸ ਦੀ ਜਰੂਰਤ ਹੈ ਤੁਸੀਂ ਕੋਈ ਉੱਤੋਂ ਆਇਓ ਵੀ ਤੁਹਾਨੂੰ ਅਸਲੇ ਦੇ ਲਾਈਸੈਂਸ ਦੀ ਜ਼ਰੂਰਤ ਹੈ ਦੇਸ਼ ਵਿੱਚ ਰਹਿਣਾ ਤਾਂ ਲਾਈਸੈਂਸ ਲੈਣਾ ਪੈਣਾ ਤੁਹਾਨੂੰ ਕਹਨ ਤੁਸੀਂ ਕਹੋਗੇ ਸਾਨੂੰ ਟੈਂਕ ਚਾਹੀਦੇ ਆ ਤੋਪਾਂ ਚਾਹੀਦੀਆਂ ਸੀ ਬਣਾਉਣੀਆਂ ਇਹਨਾਂ ਦਾ ਲਾਈਸੈਂਸ ਚਾਹੀਦਾ ਹਾਂ ਇਲੈਕਟ੍ਰੋਨਿਕ ਕੰਨਣਾ ਚਾਹੀਦੀਆਂ ਲੇਜ਼ਰ ਕੰਨਣਾ ਚਾਹੀਦੀਆਂ ਤੁਹਾਨੂੰ ਸ਼ਿਪ ਚਾਹੀਦੇ ਨੇ ਵੱਡੇ ਵੱਡੇ ਇਹ ਚਲਾਉਣ ਵਾਲੇ ਹੈਗੇ ਆ ਤੁਸੀਂ ਹਾਂ ਪੜੇ ਲਿਖੇ ਕਿੰਨੇ ਕੋ ਤੁਸੀਂ ਮੈਨੂੰ ਮੈਦ ਇਹਨਾਂ ਵਿੱਚੋਂ ਜੇ ਕੋਈ ਭਾਰਤੀ ਕਰ ਲਓ ਭਾਜੀ ਤੁਸੀਂ ਆ ਮੜਾ ਜਾ ਅਸ ਦਫ਼ਤਰ ਵਿੱਚ ਕੰਮ ਕਰੋ ਥੋੜਾ ਜਿਹਾ ਬੰਦੇ ਆਉਂਦੇ ਆ ਇਹਨਾਂ ਨੂੰ ਕੋਈ ਕਾਗਜ਼ ਚਾਹੀਦਾ ਕੋਈ ਸਰਟੀਫਿਕੇਟ ਚਾਹੀਦਾ ਕੋਈ ਜਨਮ ਸਰਟੀਫਿਕੇਟ ਕੋ ਕੱਢ ਕੇ ਦੇ ਦਿਓ ਤੇ ਮੈਨੂੰ ਮੈਦਨ ਨਾ ਕਰ ਭਾਈਆ ਕੰਪਿਊਟਰ ਤੇ ਆਪੇ ਹੱਥ ਮਾਰ ਮੁਰ ਕੇ ਆਪੇ ਕੱਢ ਕੁੱਟ ਕੇ ਲੈ ਜਾ ਤੁਸੀਂ ਮੈਂ ਤਾਂ ਬੈਠਾ ਇੱਥੇ ਆਰਾਮ ਨਾਲ ਹੈ ਐਡੇ ਖਜੋਗੇ ਤੁਸੀਂ ਲਾਇਸੈਂਸ ਤੁਹਾਨੂੰ ਵੱਡੇ ਵੱਡੇ ਚਾਹੀਦੇ ਤੇ ਕਾਹਨੂੰ ਤੁਸੀਂ ਕਹੋਗੇ ਅਸੀਂ ਸਾਨੂੰ ਪਾਸਪੋਰਟ ਵੀ ਨਹੀਂ ਚਾਹੀਦਾ ਹੂੰ ਅਸੀਂ ਬਿਨਾ ਪਾਸਪੋਰਟਸ ਉਹ ਇਦੋਂ ਅਮਰੀਕਾ ਕੈਨੇਡਾ ਨੂੰ ਜਾਣਾ ਉੱਥੇ ਜਹਾਜ਼ ਦੇ ਮੋਰੇ ਜਾ ਕੇ 에ਰਪੋਰਟ ਦੇ ਧਰਨੇ ਲਾ ਲੈ। ਵੀ ਸਾਨੂੰ ਨਹੀਂ ਜ਼ਰੂਰਤ ਹੈ ਕਿ ਪਾਸਪੋਰਟਾਂ ਦੀ। ਸਾਨੂੰ ਸਿਰਫ ਸਫਰ ਹੀ ਅਸੀਂ ਕਰਾਂਗੇ ਟਿਕਟ ਹੀ ਲਵਾਂਗੇ। ਪਾਸਪੋਰਟ ਸਾਨੂੰ ਨਹੀਂ ਚਾਹੀਦੇ ਕਿਉਂਕਿ ਅਸੀਂ ਸਿੰਘ ਹਾਂ। ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਾਨੂੰ ਕੋਈ ਪਾਸਪੋਰਟ ਦੀ ਜ਼ਰੂਰਤ ਨਹੀਂ। ਨਾ ਸਾਨੂੰ ਕੋਈ ਲਾਇਸੈਂਸ ਦੀ ਜ਼ਰੂਰਤ ਹੈ। ਨਾ ਸਾਨੂੰ ਕੋਈ ਡਿਗਰੀ ਦੀ ਜ਼ਰੂਰਤ ਹੈ। ਨਾ ਸਾਨੂੰ ਕੋਈ ਪੜ੍ਹਾਈ ਦੀ ਜ਼ਰੂਰਤ ਹੈ। ਨਾ ਤੁਹਾਨੂੰ ਇੰਜੀਨੀਅਰ ਦੀ ਜਰੂਰਤ ਹੈ ਨਾ ਤੁਹਾਨੂੰ ਪੈਸੇ ਦੀ ਜਰੂਰਤ ਹੈ ਨਾ ਤੁਹਾਨੂੰ ਢਾਬਿਆਂ ਤੇ ਰੋਟੀ ਖਾਣ ਦੀ ਬੈਲ ਦੇਣ ਦੀ ਜਰੂਰਤ ਹੈ ਕਿਉਂਕਿ ਤੁਹਾਨੂੰ ਜਰੂਰਤ ਤੇ ਕਾਸੇ ਦੀ ਨਹੀਂ ਗਈ ਹੈ ਹੂੰ ਤੁਹਾਡੀ ਸੋਚੇ ਆਪਣੀ ਇਸ ਤਰ੍ਹਾਂ ਕਰਨ ਬੈਲ ਨਾਲ ਤੇ ਢਾਬਿਆਂ ਪਾਸਪੋਰਟ ਨਹੀਂ ਤੁਹਾਨੂੰ ਚਾਹੀਦੇ ਫਿਰ ਕਈ ਬੰਦੇ ਆ ਬੇਕੂਫਾ ਸੋਨਾ ਛਾੜ ਦਿੰਦੇ ਨੇ 50 ਗ੍ਰਾਮ ਸੋਨਾ ਛਾੜਦੇ ਇਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਹੇ ਰੱਬ ਨੂੰ ਸੋਨਾ ਚਾੜਦੇ ਨੇ 10 ਗ੍ਰਾਮ ਦਾ ਬਿਸਕਟ ਬਸ 10 ਗ੍ਰਾਮ ਦੇ ਬਿਸਕਟ ਦਾ ਹੀ ਰੱਬ ਤੁਹਾਡਾ ਭੁੱਖਾ ਹੈ ਹਾਂ ਉਹਦੇ ਜਿਹੜੇ ਪਹਾੜ ਨੇ ਹਰ ਚੀਜ਼ ਉਹਦੀ ਆ ਸੋਨਾ ਉਹਦਾ ਹਰ ਮਟੀਰੀਅਲ ਉਹਦਾ ਹੈ ਤੇ ਤੁਸੀਂ 10 ਗ੍ਰਾਮ ਦੇ ਕੇ ਰੱਬ ਨੂੰ ਖਰੀਦਦੇ ਆਪਣੇ ਪਾਪ ਬਖਸ਼ੋਣੇ ਉਹਦੇ ਕੋਲ ਜਾ ਕੇ ਉੱਥੇ ਭਾਈ ਕੋਈ ਰੁਪਈਏ ਚਾੜਦਾ ਹੈ ਰੱਬ ਜਣੇ ਕਾਗਜ਼ ਦਾ ਭੁੱਖਾ ਹੈ ਹਾਂ ਆਇਨਾ ਬੰਦਿਆਂ ਦੀ ਸੋਚ ਹੈ 10 ਗ੍ਰਾਮ ਸੋਨਾ ਦੇ ਕੇ ਰੱਬ ਨੂੰ ਖਰੀਦਦੇ ਨੇ ਹੂੰ ਬਈ ਅਸੀਂ ਤੈਨੂੰ ਚਾੜਿਆ ਵੀ ਸਾਡੇ ਜੋ ਅਸੀਂ ਮਾੜੇ ਕੰਮ ਪੁੱਠੇ ਕੰਮ ਕੀਤੇ ਹੋਣਗੇ ਉਹਦੀ ਸਾਨੂੰ ਸਜਾਵਾਂ ਨਾ ਦੇਵੀ ਹੂੰ ਆ ਦੇਖ ਲਓ ਜੀ ਇਹਨਾਂ ਬੰਦਿਆਂ ਦੇ ਆ ਹਾਲ ਹੁੰਦੇ ਨੇ ਤੇ ਇਹਨੂੰ ਇੱਕ ਅੰਬਰਤ ਸ਼ਿਕਾਇਤ ਹੁਣ ਤੋਂ ਜੋ ਮੁੰਡਾ ਹੋਰ ਦੇਖਣਾ ਬਾਜੇ-ਬਾਜੇ ਕਰਕੇ ਕਹਿੰਦੇ ਨੇ ਉਹ ਕੁੱਕਰਪੁਆਨ ਨਹੀਂ ਫੜੀ ਜਾਂਦੇ ਉਹਨੂੰ ਉਹ ਕੁਰਪਾਨ ਫੜਦਾ ਫੜਦਾ ਡਿੱਗਣ ਲੱਗਾ ਐ। ਨਹੀਂ ਚੈੱਕ ਕਰਾ ਕੇ ਦੇਖ ਲਓ ਕੋਈ ਨਸ਼ਾ ਇਹਨਾਂ ਨੇ ਨਹੀਂ ਛੱਡਿਆ ਹੁਣ। ਜਿਹੜਾ ਨਾਂ ਜ਼ਿੰਦਗੀ ਦੇ ਵਿੱਚ ਕੀਤਾ ਹੋਵੇ। ਇਹ ਸਿੱਖ ਕੌਮ ਨੂੰ ਫਿਰ ਇਹ ਬਦਨਾਮ ਕਰਦੇ ਨੇ ਤੇ ਵੀਡੀਓ ਵਿੱਚ ਜਦੋਂ ਮੈਂ ਪਉਣਾ ਤਾਂ ਫੇਰ ਸਾਨੂੰ ਤਕਲੀਫਾਂ ਹੋਣੀਆਂ ਆ। ਕਿਉਂ ਮੈਂ ਸੱਚ ਬੋਲ ਜਾਨਾ ਫਿਰ ਜਰੀਆਂ ਨਹੀਂ ਜਾਂਦੀਆਂ ਸੱਚ ਗਿਆ ਤੁਹਾਡੇ। ਮੈਂ ਮੇਰੇ ਕੋਲ ਕੋਈ ਅਉਧਾ ਆਜਮਾ ਮੈਨੂੰ ਡੀਸੀ ਲਾ ਕੇ ਦਿਖਾ ਲਓ ਇੱਕ ਵਾਰੀ ਅੰਬਰਸਰ ਜਿੱਥੇ ਮਰ ਜੀ। ਮੈਨੂੰ ਅਸਲਾ ਚੱਕ ਕੇ ਤੁਸੀਂ ਹੁਣ ਸੜਕ ਦੇ ਉੱਤੇ ਤੁਰ ਕੇ ਦਿਖਾ ਲਿਓ ਇੱਕ ਵਾਰੀ ਨਿਆੰਗ ਹੁਣ ਜਿਹੜੇ ਮਰਜ਼ੀ ਬੰਦੇ ਹੁਣ ਜਿੱਦਾਂ ਦਾ ਮਰਜ਼ੀ ਬੰਦਾ ਹੋਵੇ ਇੱਕ ਕੋਈ ਵਾਰੀ ਮੈਂ ਪੇਪਰ ਵਿੱਚ ਦੇਣਾ ਅਸਲਾ ਜਮ੍ਹਾਂ ਕਰਾ ਜਾਵਾਂ ਕਿ ਠੀਕ ਸਾਨੂੰ ਅਸਲੇ ਦੀ ਜ਼ਰੂਰਤ ਤੇ ਕੋਈ ਨਹੀਂ ਅਸਲਾ ਚਾਹੀਦਾ ਸੀਗਾ ਗੁਰੂ ਸਾਹਿਬ ਨੇ ਉਦੋਂ ਦਿੱਤਾ ਸੀ ਜਦੋਂ ਲੜਾਈਆਂ ਹੁੰਦੀਆਂ ਸੀ ਰਾਜਿਆਂ ਨਾਲ ਪੰਗੇ ਲੈਂਦੇ ਸਕੇ ਉਦੋਂ ਉਸ ਵੇਲੇ ਦੀ ਜ਼ਰੂਰਤ ਸੀ ਕਿਰਪਾਨਾਂ ਅਸਲੇ ਦੀ ਤੁਹਾਨੂੰ ਹੁਣ ਪੁਲਿਸ ਸਾਡੇ ਕੋਲ ਆਰਮੀ ਆਲਰੇਡੀ ਹੈਗੀ ਐ ਸਾਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਤੁਹਾਡੇ ਅਸਲੇ ਚੱਕੇ ਦੀ ਤੁਸੀਂ ਬੰਦਿਆਂ ਨੂੰ ਡਰਾ ਰਹੇ ਆ ਤੁਰੇ ਜਾਂਦੇ ਬੰਦੇ ਨਿਆਣੇ ਡਰ ਰਹੇ ਨੇ ਜੀਪਾਂ ਵਿੱਚੋਂ ਤੁਰ ਗਏ ਦਾ ਰਫਲਾਂ ਚੱਕੀਆਂ ਇਹਨਾਂ ਨੇ ਇੱਥੇ ਮੋੜਦੇ ਪੰਜ-ਪੰਜ ਬੰਦੇ ਨਾਲ ਤੁਰਿਓ ਵਾ ਬੇਲੜ ਲੋਕ ਹੈ ਡਿਗਰੀ ਤੁਹਾਡੇ ਕੋਲ ਨਹੀਂ ਅਨਪੜ੍ਹ ਤੁਸੀਂ ਹੈਗੇ ਸਾਨੂੰ ਤੁਹਾਡੀ ਜ਼ਰੂਰਤ ਤੇ ਕੋਈ ਨਹੀਂ ਜਾਂ ਲਵ ਪੰਗਾ ਕਸ਼ਮੀਰ ਵਿੱਚ ਜਾਂ ਪਾਕਿਸਤਾਨ ਦੇ ਮੋੜੇ ਜਾ ਕੇ ਖੜ ਮਾਰੋ ਲਲਕਾਰੇ ਉੱਥੇ ਜਿੱਥੇ ਤੁਹਾਨੂੰ ਇਕੱਠੇ ਕਰਕੇ ਨਾ ਭੇਜ ਦਿੱਤਾ ਉਹਨਾਂ ਨੇ ਤੁਹਾਨੂੰ ਵਾਜ ਜਿਹੜੇ ਚੱਕੇ ਫਿਰਦੇ ਹੋ ਤੁਸੀਂ ਇੱਕ ਟੱਕੂ ਦੇ ਬਾਤ ਚੇ ਜਹੇ ਇਹ ਇੰਡੀਆ ਯਾਦ ਹੈ ਸਾਨੂੰ ਇੰਡੀਆ ਦੇ ਕਾਨੂੰਨ ਦੇ ਹਿਸਾਬ ਨਾਲ ਰਹਿਣਾ ਪੈਣਾ ਇੱਥੇ ਇਹ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਨਹੀਂ ਰਹਿਣਾ ਪੈਣਾ ਹੈਗਾ ਤੁਸੀਂ ਆਪਣਾ ਕਾਨੂੰਨ ਉੱਥੇ ਤੱਕੇ ਰੱਖਿਆ ਕਰੋ ਜਿੱਥੇ ਤੱਕ ਤੁਹਾਨੂੰ ਚਾਹੀਦਾ ਅਸਲਾ ਚੱਕਿਆ ਸਾਨੂੰ ਡਰਾਉਣ ਲਈ ਚੱਕਿਆ ਤੁਸੀਂ ਜਿਹਦੇ ਦਿਲ ਕਰਦਾ ਉਹਦੇ ਗੋਲੀ ਮਾਰ ਦੇਣ ਦੇ ਜਿਹਦੇ ਦਿਲ ਕਰਦਾ ਫਰਪਾਨ ਚਲਾ ਦੇਣ ਦੇ ਜਿਹਦੇ ਦਿਲ ਕਰਦਾ ਟੱਕੂ ਉੱਤੇ ਸਰਕਾਂ ਵਿੱਚ ਖੇਡਣ ਲੱਪੈਂਦੇ ਜਦੋਂ ਜੀ ਕਰਦਾ ਤੁਹਾਡੇ ਭਾਂਗ ਪੀ ਕੇ ਉੱਥੇ ਲੇਟਣ ਲੱਪੈਂ। ਤੁਹਾਡੇ ਕੋਈ ਬੰਦੇ ਹੈ ਹੀ ਨਹੀਂ ਗਾ ਜਾਂ ਉਹ ਵੀ ਇਦਾਂ ਦੇ ਜਿਹੜੇ ਤੁਹਾਡੇ ਸੀਨੀਅਰ ਬੰਦੇ ਆ ਜਾਂ ਉਹ ਵੀ ਜਿੱਦਾਂ ਤੁਸੀਂ ਪਾਗਲ ਉਦਾਂਲੇ ਹੋ ਬੈਠੇ ਪਾਗਲ ਮੋਰ ਜਿਹੜੇ ਤੁਹਾਡੇ ਦਿੱਤੇ ਐਕਸ਼ਨ ਹੀ ਨਹੀਂ ਕੋਈ ਲੈ ਰਹੇ। ਬਈ ਆ ਸਾਡੇ ਫੌਜਵਨ ਫੌਜੀ ਬੰਦੇ ਇਹਦੇ ਕਰਦੇ ਕੀ ਐ ਇਹ ਗਲਤ ਕੰਮ ਕਰਦੇ ਤੇ ਜੁੱਤ ਪ੍ਰੇਤ ਕਿਉਂ ਫੇਰਦੇ ਲਾਣ ਨਾਲ ਜੀ ਹੁੰਨੇ ਤੁਸੀਂ ਪੁਲਾਂ ਦੇ ਉੱਤੇ ਬੈਠੇ ਸਾਨੂੰ ਲੱਗਿਓ ਮਤਤਾ ਦੇਣਾ ਸੀ ਸਾਬ ਤੁਹਾਡੀ ਰਾਖੀ ਕਰਨ ਸਾਨੂੰ ਤੁਹਾਡੀ ਕੋਈ ਜ਼ਰੂਰਤ ਜ਼ਰਾਰਤ ਨਹੀਂ ਹੈਗੀ ਸਾਡੀ ਰਾਖੀ ਕਰਨੇ ਸਾਡੇ ਕੋਲ ਪੁਲਿਸ ਹੈਗੀ ਆ ਆਰਮੀ ਹੈਗੀ ਆ ਸਾਡੇ ਕੋਲ ਦੀਸ਼ ਦਾ ਕਾਨੂੰਨ ਹੈਗਾ ਤੁਸੀਂ ਆਪਣੀ ਰਾਖੀ ਤੁਸੀਂ ਕਰਨੀ ਹੁੰਦੀ ਹੈ ਤਾਂ ਉੱਥੇ ਜਾ ਕੇ ਐਪਲੀਕੇਸ਼ਨ ਦਿਆ ਕਰੋ ਆ ਪ੍ਰੋਨੋ ਤਾਂ ਉਹ ਹੱਥ ਪਾਇਆ ਕਰੋ ਇੱਕ ਹੋਰ ਆ ਗਿਆ ਕੋਈ ਅਮਰਤਪਾਲ ਇਹ ਦਵਾਈ ਤੋਂ ਉੱਥੇ ਦਿਹਾੜੀਆਂ ਤੋਂ ਡਰਦਾ ਇਹ ਪੰਜਾਬ ਦੇ ਵਿੱਚ ਆ ਗਿਆ ਇੱਕ ਵਾਰ ਪੰਜਾਬ ਦੀ ਪਾਰਟੀ ਇਹਨਾਂ ਨੇ ਬਣਾਈਓ ਇਹਨਾਂ ਨੇ ਵੀ ਅਸਲਾ ਚੱਕਿਆ ਦੇਖੋ ਕਿੰਦਾ ਚੱਕ ਕੇ ਫਿਰਦੇ ਆ ਹੈ ਅੱਗੇ ਤਾਂ ਇਹਦੇ ਕੋਲ ਇਕੱਲੇ ਨੇ ਆ ਆਪਣੇ ਚੋੜਾ ਹੀ ਪਾਇਆ ਹੁੰਦਾ ਸੀ ਤੇ ਹੁਣ ਉੱਤੇ ਰਫਲ ਪਾਈ ਹੋਇਆ ਇਥੇ ਗੋਲੀਆਂ ਪਾਈਆਂ ਦਿਖਾੜਦੇ ਆ ਤੁਸੀਂ ਮੈਨੂੰ ਗੋਲੀਆਂ ਵਾਲਾ ਬੰਦਾ ਇਹਦਾ ਫਟਾ ਪਾਇਆ ਹਨ ਦਿਖਾੜਦੇ ਇੱਕ ਵਾਰੀ ਮੈਨੂੰ ਉਹਦਾ ਦੇ ਦਿਓ ਮੈਂ ਇਦਾਂ ਨਹੀਂ ਲਾਰੇ ਲਾਉਣੇ ਤੁਹਾਨੂੰ 2 ਹਫ਼ਤੇ ਦਾ ਟਾਈਮ ਹੈ ਮੈਂ 3-4 ਘੰਟੇ ਹੀ ਮੰਗਣੇ ਆ ਤੁਹਾਡੇ ਕੋਲ ਤੇ ਮੈਨੂੰ ਪਾ ਕੇ ਦਿਖਾ ਲਓ ਇਦਾਂ ਇਦਾਂ ਤੁਰੋ ਇਦਾਂ ਜੀਪਾਂ ਵਿੱਚੋਂ ਤੁਰ ਕੇ ਇਦਾਂ ਰਫਰਾਂ ਚੱਕ ਕੇ ਤੁਰੋ ਜਿੱਦਾਂ ਨਾਰਮਲ ਇਨਸਾਨ ਤੁਰਦੇ ਆ ਅਸੀਂ ਤੁਰਦੇ ਆ ਹਰ ਬੰਦਾ ਇੱਥੇ ਤੁਰਦਾ ਉਦਾਂ ਹੀ ਤੁਸੀਂ ਤੁਰੂਗੇ ਠੀਕ ਐ ਅਸਲ ਆਪਣੇ ਘਰ ਰੱਖੋਗੇ ਬਾਹਰ ਸੜਕ ਉੱਤੇ ਨਹੀਂ ਲਿਆ ਸਕਦੇ ਮੇਰੀ ਸੋਚ ਮੇਰੀ ਇਹ ਆ ਇਹ ਨਹੀਂ ਮੈਨੂੰ ਤੁਸੀਂ ਕਹਿ ਸਾਰੇ ਡਰਾਤ ਮੰਗਾ ਕੇ ਹੋ ਗੁੱਸਿਆ ਤੂੰ ਵੀਡੀਓ ਪਾਈ ਹੋ ਫੁੱਦੂਆ ਤੂੰ ਇੱਥੇ ਕਰ ਕਰਕੇ ਦਿਖਾ ਲੈ ਇੱਥੇ ਇਤਿਜ਼ਾਰ ਵਿੱਚ ਤੁਝੂ ਰਵੇ ਹਨ ਇੱਥੇ ਤੁਸੀਂ ਆਪਣੇ ਕੋਲੇ ਰੱਖਿਓ ਤੇ ਮੈਨੂੰ ਗਿੱਦੜ ਧਾਮੀਆਂ ਤੋਂ ਡਰਾਉਣ ਦੀ ਕੋਈ ਜ਼ਰੂਰਤ ਹੈ ਨਹੀਂ ਠੀਕ ਹੈ ਕਿ ਨਾ ਮੈਂ ਡਰਨ ਵਾਲਾ ਨਹੀਂ ਹਾਂ ਪਤਾ ਲੱਗ ਗਿਆ ਤੁਹਾਨੂੰ ਮੈਂ ਵੀ ਇਸੇ ਦੇਸ਼ ਦਾ ਵਾਸੀ ਹਾਂ ਠੀਕ ਹੈ ਕਿ ਨਹੀਂ ਜਿਹੜੇ ਦੇਸ਼ ਦੇ ਤੁਸੀਂ ਜੇ ਦੇਸ਼ ਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਮੈਂ ਆਵਾਜ਼ ਆਪਣੀ ਉਠਾਲਾਂਗਾ ਹਰ ਹਾਲਤ ਦੇ ਵਿੱਚ ਇਹ ਨਹੀਂ ਵੀ ਤੁਸੀਂ ਨਿਹੰਗਾ ਬਣਗਾ ਸੀ ਗਾਟੇ ਲਾਤਮਾ ਕੇ ਤੁਸੀਂ ਜਦੋਂ ਮਰਜੀ ਦਿਲ ਕਰਦਾ ਜਦੋਂ ਮਰਜੀ ਪੰਗਾ ਲੈ ਸਕਦੇ ਮੈਂ ਡਰਨ ਵਾਲਾ ਨਹੀਂਗਾ ਠੀਕ ਹੈ ਕਹਨੇ ਮੇਰੇ ਮੂੰਹ ਬਾਰੇ ਨਾ ਗੱਲਾਂ ਇਹਦਾਂ ਦੀਆਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਸ਼ਾਂਤੀ ਦਾ ਪੈਗਾਮ ਦੇਓ ਸ਼ਾਂਤੀ ਵਿੱਚ ਰਹੋ ਬੰਦੇ ਇਹ ਥੋੜੋ ਤੁਸੀਂ ਹਰ ਬੰਦੇ ਦੇ ਉੱਤੇ ਤੁਸੀਂ ਉਹ ਕਦੇ ਗੁੱਟ ਬੰਡੋ ਕਿਸੇ ਬੰਦੇ ਨੂੰ ਕਿਸੇ 10-15 ਜਣੇ ਕਿਸੇ ਘਰ ਚਲੇ ਜਾਓ ਕਿਸੇ ਦੀ ਗੱਡੀ ਮਾਰ ਕੇ ਆ ਜਾਓ ਕਿਸੇ ਰਕਾਰੇ ਮਾਰਨ ਨੂੰ ਕਿਸੇ ਫਾਇਰਿੰਗ ਕਰਕੇ ਆ ਜਾਓ ਹੈ ਇੱਕ ਉਹ ਨਿਹੰਗ ਪੂਲਾ ਹੁੰਦਾ ਸਗਾ ਉਹਨੇ ਉਹ ਐਡਾ ਕ੍ਰਿਮੀਨਲ ਬੰਦਾ ਹੋ ਉਹਨੇ ਬੰਦੇ ਜੀ ਦੇ ਕੜਾਹੇ ਦੇ ਵਿੱਚ ਤੇਲ ਦੇ ਤੇ ਸੱਟੇ ਜੀ ਇਹੋ ਜਿਹੇ ਬੰਦੇ ਸਾਨੂੰ ਨਿਹੰਗ ਇਹੋ ਤੇ ਚਾਹੀਦੇ ਹੂੰ ਚਲੋ ਕੁਝ ਚੰਗੇ ਹੋ ਮੈਂ ਸਾਰਿਆਂ ਨੂੰ ਨਹੀਂ ਕਹਿਣਾ ਮੈਂ ਜਿਹੜਿਆ ਤੁਹਾਡੇ ਧੂਤੇ ਗੰਦੀ ਸੋਚ ਦੇ ਮਾਲਕ ਮੈਂ ਉਹਨਾਂ ਦੀ ਗੱਲ ਕਰਦਾ ਜੇ ਤੁਸੀਂ ਆਪਣੇ ਵੱਲ ਜਾਣੀ ਹੈ ਗੱਲ ਉਹ ਬਿਸ਼ੱਕ ਲੈ ਜਾਓ ਕੋਈ ਪਰੌਣੋ ਕੋਈ ਨਹੀਂ ਗਿਆ ਕੋਈ ਉਹ ਕੁੜਾਹੇ ਦੇ ਵਿੱਚ ਉਹ ਬੰਦੇ ਨੇ ਜੀ ਦੇ ਜਾਣੀ ਕਿ ਸੱਟੇ ਜਨਾਨੀਆਂ ਉਸ ਬੰਦੇ ਨੇ ਸੱਟੀਆਂ ਉਹਦਾ ਮਾਸ ਉਸ ਖਾਂਦਾ ਹੁੰਦਾ ਸੀ ਕਰ ਸੁਣਿਆ ਇਦਾਂ ਦਾ ਦਰਿੰਦਾ ਕ੍ਰਿਮਿਨਲ ਬੰਦਾ ਇਹ ਇਹਨਾਂ ਦੇ ਤੁਸੀਂ ਗੁਰਦਵਾਰਿਆਂ ਨੂੰ ਪੈਸੇ ਚਾੜਦੇ ਮੈਂ ਸ਼ੁਕਰ ਕਰਦਾ ਬੰਦੇ ਦਾ ਜਿਹਨੇ ਕਿਤੇ ਉਹਨੂੰ ਗੱਡੀ ਗੁੱਡੀ ਚਾੜ ਦਿੱਤਾ ਅੱਗੂ ਬੁਲਾ ਕੇ ਇਹੋ ਜਿਹੇ ਬੰਦੇ ਨੂੰ ਤੁਸੀਂ ਐਮਪੀ ਬਣਾਵੋ ਵੋਟਾਂ ਦੇ ਜਿਤਾਵੋ ਇਹ ਆਉਣ ਬੰਦੇ ਤੇ ਇਹਨਾਂ ਦਾ ਕੰਮ ਕਾਰ ਚੰਗੀ ਤਰ੍ਹਾਂ ਟਕਾ ਕੇ ਜਿਹੜੇ ਬੰਦੇ ਗਲਤ ਕੰਮ ਕਰਦੇ ਮੈਂ ਤਾਂ ਕਹਿੰਦਾ ਸੋਨੇ ਨਾਲ ਤੋਲਣਾ ਚਾਹੀਦਾ ਸੀਗਾ ਉਹ ਤੁਸੀਂ 7 ਸਾਲ ਦੀ ਸਜ਼ਾ ਦੇ ਕੇ ਬਾਅਦ ਚ ਬਰੀ ਕਰ ਦਿੱਤਾ ਉਹ ਕੀ ਮੁੰਡਾ ਬਟਾਲੇ ਬਟੂਲੇ ਰਹਿਂਦਾ ਹਸਪੀਟਲ ਜਿਹੜਾ ਚਲਾਉਂਦਾ ਸਾਨੂੰ ਸ਼ਾਂਤੀ ਚਾਹੀਦੀ ਹੈ ਜਿਹਦਾ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿੱਦਾ ਅਸੀਂ ਬਾਹਰ ਰਹਨੇ ਸੀ ਇੱਥੇ ਅਸਲੇ ਚੱਕ ਕੇ ਤੁਰਦੇ ਇੱਥੇ ਕਿਹੜੇ ਬੰਦੇ ਗੋਰੇ ਅਸਲੇ ਚੱਕ ਕੇ ਤੁਰਦੇ ਆ ਸਾਲੇ ਲਲਕਾਰੇ ਮਾਰਦੇ ਇੱਕ ਜੀਪ ਦੇ ਮਗਰ 50 50 ਤੁਰਿਓ ਪ੍ਰੋਡਿਊਸਰ ਤੁਸੀਂ ਠਾਲੀ ਪਈ ਹੈ ਇੱਥੇ ਹੈ ਪੰਜਾਬ ਬਹੀਰ ਜਾ ਰਹੀ ਹੈ ਕਿੱਥੇ ਨੂੰ ਜਾ ਰਹੀ ਹੈ ਹੂੰ ਗੋਰਦੌਰ ਦੇ ਕਦੇ ਇਹ ਇਹ ਸਟਿੱਕਰ ਨਾਲ ਇਹਨਾਂ ਗੋਰਦੌਰ ਦੇ ਪੰਗਾ ਪਾਇਆ ਪਿੱਛੇ ਹੈ ਔਰ ਕੁਰਸੀਆਂ ਦੇ ਨੇ ਬੈਠਣਾ ਤੁਸੀਂ ਤੁਸੀਂ ਗੁਰੂ ਸਾਹਿਬ ਦੇ ਨਾਲ ਉੱਚੇ ਹੋ ਜਾਣੇ ਦੱਸੋ ਤੈਨੂੰ ਹੌਂ ਚੇਤਾ ਹੈ ਅੱਗੇ ਦਾ ਕੋਈ ਚੇਤਾ ਹੀ ਨਹੀਂ ਆਇਆ ਕਿਸੇ ਬੰਦੇ ਨੂੰ ਕੁਰਸੀਆਂ ਦਾ ਇਹ ਤੈਨੂੰ ਦਵਾਈ ਚ ਤੈਨੂੰ ਚੇਤਾ ਆ ਗਿਆ ਬੇ ਦਿਮਾਗ ਬੰਦੇ ਨੂੰ ਹੋਰ ਇਹਨੇ ਪੜ੍ਹੇ ਲਿਖਿਆ ਕੋਰਦੋਰੇ ਦੇ ਪ੍ਰਧਾਨ ਹੈ ਹੋਰ ਕੈਨੇਡਾ ਅਮਰੀਕਾ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਇੱਕ ਤੇਰਾ ਦਿਮਾਗ ਜਾਨੀ ਬਹੁਤ ਟੈਲੀਜੈਂਟ ਬੰਦਾ ਤੂੰ ਇੱਥੇ ਬੱਦੂਆਂ ਦੀ ਕੰਟਰੀ ਵਿੱਚੋਂ ਜਿੱਦਾਂ ਦੇ ਬੱਦੂ ਹੈਗੇ ਇੱਥੇ ਉਹਦਾ ਬੱਦੂ ਤੂੰ ਬਣ ਚੁੱਕਾ ਉੱਥੇ ਆ ਕੇ ਕੀ ਇਹ ਆਮੂਖੀ ਬਣ ਗਿਆ ਪਾਰਟੀ ਦਾ ਤੇ ਲਾਪਿਆ ਨੋਖਤ ਕੱਢਣ ਆ ਜਿਹੜੇ ਇਦਾਂ ਘੋਰ ਦੌਰ ਜਮੱਥਾ ਇਦਾਂ ਟੇਕਣਾ ਅਸੀਂ ਉੱਚੇ ਹੁੰਨੇ ਆ ਗੁਰੂ ਸਾਹਿਬ ਦੇ ਨਾਲੋਂ ਠੀਕ ਹੈ ਨਹੀਂ ਤੇ ਕੁਰਸੀਆਂ ਉੱਥੇ ਬੈਠੀਆਂ ਇਹ ਕੁਰਸੀ ਦੇ ਬੰਦਾ ਬੈਠ ਕੇ ਲੰਗਰ ਨਹੀਂ ਖਾਦਾ ਨਾ ਬੈਠ ਸਕਦਾ ਤੇ ਕੁਰਸੀ ਦੇ ਹੀ ਬੈਠਿਆ ਉਹ ਹਾਂ ਉਹ ਉਧਰ ਘਰ ਨਹੀਂ ਬੈਠਦੇ ਕੁਰਸੀਆਂ ਫੋਟੋਆਂ ਲੱਗੀਆਂ ਹੋਈਆਂ ਉੱਥੇ ਕੱਲੇ ਨੀਵੀਂਆਂ ਉੱਚੀਆਂ ਹੋਣੀਆਂ ਦੀਦਾ ਮਾਤਰ ਨੂੰ ਜਦੋਂ ਅਸੀਂ ਮੱਥਾ ਟੇਕਦੇ ਉੱਥੇ ਮੂਰੇ ਜਾਂਦੇ ਗੁਰੂ ਗ੍ਰੰਥ ਸਾਹਿਬ ਦੇ ਮੂਰ ਮੱਥਾ ਟੇਕੀਦਾ ਤੇ ਅਸੀਂ ਖੜ ਕੇ ਮੱਥਾ ਟੇਕਦੇ ਅਸੀਂ ਉਦੋਂ ਉੱਚੇ ਨਹੀਂ ਅਸੀਂ ਉਹ ਹੁੰਦੇ ਉਸ ਟਾਈਮ ਦੇ ਉੱਤੇ ਅਸੀਂ ਉੱਚੇ ਨਹੀਂ ਹੁੰਦੇ ਉਸ ਟਾਈਮ ਟਾਈਮ ਦੇ ਉੱਤੇ ਦੀਦਾ ਨਹੀਂ ਤੈਨੂੰ ਤੇ ਫਿਰ ਇਦਾਂ ਕਹਿ ਦਿਆ ਕਰ ਬਾਹਰੋਂ ਲੰਮੇ ਪੈ ਕੇ ਕਿ ਸਰ ਕਿ ਸਰ ਕੇ ਆਇਆ ਕਰੋ ਇਦਾਂ ਸੈਰ ਨਹੀਂ ਤੁਸੀਂ ਮਾੜਾ ਜਾ ਉੱਚਾ ਕਰ ਸਕਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਇਹਨਾਂ ਉੱਚਾ ਨਹੀਂ ਹੋ ਸਕਦੇ ਕਿੱਦਾਂ ਦੀ ਇਹਨਾਂ ਦੀਆਂ ਸੋਚਾਂ ਇਹ ਹੋ ਜਾ ਬੰਦੇ ਇਹਨਾਂ ਦੇ ਉੱਤੇ ਕੇਸ ਪਾਇਆ ਜਾਵੇ ਮੈਂ ਤਾਂ ਕਹਿੰਦਾ ਡੀਸੀ ਉਸੇ ਬੇਲੇ ਇਹਨਾਂ ਦੇ ਕੇਸ ਪਾ ਕੇ ਇਹਨਾਂ ਨੂੰ 10-10 ਸਾਲ ਇਹਨਾਂ ਅੰਦਰ ਸੁਟਿਆ ਜਾਵੇ ਛੱਡਣੇ ਨਹੀਂਗੇ ਅਸੀਂ ਜੋ ਕ੍ਰਿਮੀਨਲ ਜੋ ਜਿਨ੍ਹਾਂ ਵਿੱਚ ਸੋਚ ਹੈ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਪੰਜਾਬ ਦੇ ਬਚਰਨ ਦੇ ਛੱਡਣੇ ਨਹੀਂਗੇ ਇਹਨਾਂ ਦੇ ਉੱਤੇ ਕੇਸ ਪਾਇਆ ਜਾਵੇ 10 ਸਾਲ ਤੋਂ ਬਾਅਦ ਜੇ ਹਰਕਤਾਂ ਇਹਨਾਂ ਦੀ ਜੇਲ੍ਹ ਵਿੱਚ ਵੀ ਠੀਕ ਨਹੀਂ ਹੈਗੀਆਂ 10 ਸਾਲੇ ਹੋ ਟੋਕ ਦੇ ਫੜ ਕੇ ਫੇਰ ਠੀਕ ਰਹਿਣਗੇ ਤੁਸੀਂ ਨਾਰਮਲ ਪ੍ਰਚਾਰ ਕਰੋ ਤੁਹਾਨੂੰ ਵੀ ਮਨਾ ਕਰਦਾ ਰੋਕਦਾ ਅਸਲੇ ਪਾ ਕੇ ਕਿਰਪਾਨਾਂ ਚੱਕ ਕੇ ਲਲਕਾਰੇ ਮਾਰ ਕੇ ਇਹੋ ਜਿਹਾ ਪ੍ਰਚਾਰ ਤੁਸੀਂ ਕਰ ਲੈ। ਤੇ ਕੋਈ ਤੁਸੀਂ ਆਵਾਜ਼ ਠਾੜੋ ਸਾਡੇ ਪਿੰਡ ਦੇ ਵਿੱਚ ਦੇਖੋ ਗੁਰਦੁਆਰੇ 15 15 18 18 10 10 ਗੁਰਦੁਆਰੇ ਤੇ ਇੱਕ ਗੁਰਦੁਆਰਾ ਕਰ ਲਓ ਤੁਸੀਂ। ਉਹ ਆਵਾਜ਼ ਨਹੀਂ ਤੁਸੀਂ ਠਾੜਨੀ ਹੈਗੀ ਵੀ ਅਸੀਂ ਸਾਰੇ ਇਕੱਠੇ ਹੋ ਕੇ ਰਹਿ ਸਕਦੇ ਇੱਕ ਗੁਰਦੁਆਰੇ ਦੇ ਵਿੱਚ। ਉਹਨਾਂ ਦਾ ਵੱਖਰਾ ਉਹਨਾਂ ਦਾ ਵੱਖਰਾ ਇੱਕ ਪੰਚਾਇਤ ਆਫਿਸ ਬਣਾਓ ਜਿੱਥੇ ਸਰਪੰਚ ਪਿੰਡ ਦੇ ਬੰਦੇ ਸਾਰੇ ਕੰਮ ਕਰਨਗੇ ਜਿੰਨੇ ਪਿੰਡ ਹੈਗੇ ਆ ਤੇ ਅੱਛੇ ਥਾਂ ਥਾਂ ਤੁਸੀਂ ਗੁਰਦੁਆਰੇ ਖੋਲਿਓ ਆ ਜਾਂਦਾ ਕੋਈ ਹੈ ਕੋਈ ਨਹੀਂਗਾ ਰੱਖਿਆ ਤੁਹਾਡੇ ਕੋਲ ਨਹੀਂ ਹੁੰਦੀ ਫੇਰ ਤੁਸੀਂ ਕਹੀ ਜਾਨੀਓ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵਿਆਦ ਵੀ ਕਰ ਗਏ ਬੰਦੇ ਜਦੋਂ ਰਹਿਣਾ ਹੀ ਕਿਸੇ ਨਹੀਂ ਗੁਰਦੁਆਰੇ ਵਿੱਚ ਬੰਦ ਪਏ ਆ ਤੇ ਫੇਰ ਉਹਨਾਂ ਨੇ ਇਦਾਂ ਦੇ ਕੰਮ ਕਰਨੇ ਸ਼ਰਾਰਤੀਆਂ ਨੇ ਤੇ ਗੁਰਦੁਆਰਾ ਹੀ ਇੱਕ ਕਰ ਲਓ ਤੁਸੀਂ 15 15 18 18 1 ਪੁਆਇੰਟ ਮੈਂ ਦੇਖਿਆ ਸੀ 40 35 ਗੁਰਦੁਆਰੇ ਦੱਸੋ ਉਹ ਵੀ ਪੁਆਇੰਟ ਹੈਗੇ ਨੇ ਇਦਾਂ ਦੇ ਹੋਰ ਇੱਕ ਆ ਮੈਂ ਹੋਰ ਆ ਦੇਖਿਆ ਥਾਲਾ ਕੀ ਇਹਦਾ ਨਾਮ ਆ ਪਰਮੀਤ ਸਿੰਘ ਕਰਕੇ ਛਲੋਰ ਜਾਂ ਬੱਚਾ ਆ ਮੁੰਡਾ ਲਾਈਨ ਦੀ ਪੈਕ ਲਾਈਨ ਜਿਹੜਾ ਇੱਥੇ ਦੇ ਵਿੱਚ ਜਰਾ ਆ ਦੇਖੋ ਢੋਰਕੀਆਂ ਬਾਜ਼ਾਰ ਆ ਆ ਗਦੇ ਆ ਨਿਆਣੇ ਕਾਲੇ ਜਵਾਕਰ ਇਹ ਸਾਨੂੰ ਸਮਝਾ ਰਹੇ ਨੇ ਕਿਹੜੇ ਵੀਡੀਓ ਇਹ ਕਰਦਾ ਬਖਸ਼ੋ ਗੁਨਾਹ ਮੇਰੇ ਬਤੂ ਤਹੇ ਕਿਹੜੇ ਗੁਨਾਹ ਕਰ ਦਿੱਤੇ ਹੋ ਥਲੇ ਜੰਮ ਤਾਂ ਲੈ ਤੂੰ ਚੰਗੀ ਤਰ੍ਹਾਂ ਪਹਿਲਾਂ ਬਾਹਰ ਤਾਂ ਆ ਜਾ ਦੁਨੀਆ ਤਾਂ ਦੇਖ ਲੈ ਪਹਿਲਾਂ ਪੂਰੀ ਗੁਨਾਹ ਤੋਂ ਕੀਤੇ ਕਿਹੜੇ ਆ ਜਿਹੜੇ ਤੇਰੇ ਬਖਸ਼ੇ ਜਾਣਗੇ ਗੁਨਾਹ ਆ ਦੇਖੋ ਲਕੋੜ ਜਿਹ ਹੈ ਇਹ ਇਹ ਸਾਨੂੰ ਸਮਝਾ ਰਹੇ ਆ 17 17 60 60 ਸਾਲਾਂ ਦੇ ਬੰਦਿਆਂ ਨੂੰ ਅਸੀਂ ਇਹ ਤੋਂ ਆ ਜਵਾਕੜ ਜੈ ਤੋਂ ਅਕਲ ਲੈਣ ਲੱਗੇ ਆ ਅਸੀਂ ਜਾਨੀ ਕਿ ਸਾਡਾ ਬ੍ਰੇਨ ਕੰਮ ਨਹੀਂ ਕਰਦਾ ਬਾਅਦ ਹੋ ਚੁੱਕਾ ਆ ਗਧੇ ਅਸੀਂ ਬਣ ਚੁੱਕੇ ਆ ਇਹ ਇਹ ਬੱਚੇ ਸਾਨੂੰ ਸਮਝਾਉਣ ਲੱਗੇ ਆ ਆ ਦੇਖਾ ਸਾਡਾ ਜਿੱਦਾਂ ਬੈਠਾ ਲੈ ਹੈ ਗਨਾ ਇਹਦੇ ਬਾਕਸ ਸਾਲੇ ਦੀ ਇਹਦੀਆਂ ਹੋਰ ਵੀ ਕਹੀਆਂ ਸੀਰੀਆਂ ਮੈਂ ਦੇਖੀਆਂ ਆ ਇਹਨਾਂ ਦੇ ਤੇ ਸਾਨੂੰ ਇਹਨਾਂ ਨੇ ਸਾਨੂੰ ਸਮਝਾਉਣਾ ਸਿੱਖਿਆ ਇਹਨਾਂ ਨੇ ਦੇਣੀ ਸਾਨੂੰ ਅਜਵਾਕੜਾ ਨਿਕਲਦੇ ਨੇ ਠੀਕ ਐ ਇਹਨਾਂ ਤੋਂ ਲੈਣੀ ਆ ਸੇ ਚਲੋ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਹਿ ਦਰੋਂ ਧੰਨਵਾਦ ਕਰਦਾ ਇੱਕ ਮੇਰੀ ਬੇਨਤੀ ਜ਼ਰੂਰ ਹੈ ਧੁੰਦ ਬਹੁਤ ਪੈਂਦੀ ਇੰਡੀਆ ਪੰਜਾਬ ਦੇ ਵਿੱਚ ਸਟੂਡੈਂਟ ਬਹੁਤ ਹੁੰਦੇ ਮਹਤੋਂਤ ਬਹੁਤ ਹੁੰਦੀਆਂ ਇਸ ਕਰਕੇ ਤੁਹਾਡਾ ਲਾਈਫ ਇੱਕ ਵਾਰੀ ਜ਼ਿੰਦਗੀ ਤੇ ਆਉਂਦੀ ਆ ਤੁਸੀਂ ਹੁੱਲੜਵਾਜੀ ਦੇ ਨਾਲ ਗੱਡੀਆਂ ਨਾ ਚਲਾਵੋ ਤੇ ਧੁੰਦ ਪਈਓ ਆ ਧੁੰਦ ਦਾ ਖਾਸ ਖਿਆਲ ਰੱਖੋ ਗੱਡੀ ਬਹੁਤ ਹੌਲੀ ਚਲਾਓ ਠੀਕ ਨੇ ਇਹ ਜਾਣ ਬੰਦੇ ਆ ਜਿਹੜੇ ਟੈਕਸੀਦਿਆਂ ਜਿਹੜੇ ਆ ਸਟਿੱਕਰ ਲਾਉਂਦੇ ਨੇ ਟੋਲ ਪਲਾਜ਼ਿਆਂ ਤੇ ਜਾਣ ਉੱਥੇ ਜਾ ਕੇ ਧਰਨੇ ਲਾਵੋ ਹਾਈਵੇ ਦੇ ਉੱਤੇ ਇਲੈਕਟ੍ਰੋਨਿਕ ਜਿਹੜੇ ਆ ਸਾਈਨ ਲੱਗਣੇ ਚਾਹੀਦੇ ਆ ਧੁੰਦ ਪੈਂਦੀ ਆ 60 ਦੀ ਸਪੀਡ 30 ਦੀ ਸਪੀਡ 20 ਦੀ ਸਪੀਡ ਆਟੋਮੈਟਿਕ ਹੋ ਜਾਂਦੀ ਆ ਮੋਰ ਐਕਸੀਡੈਂਟ ਹੋਇਆ ਸਕਰੀਨ ਵਿੱਚ ਆਈ ਜਾਂਦਾ ਵੀ ਅੱਗੇ ਐਕਸੀਡੈਂਟ ਹੋਇਆ ਸਾਵਧਾਨੀ ਨਾਲ ਚਲੋ ਤੇ ਬਹੁਤ ਜ਼ਿਆਦਾ ਜਾਨਾਂ 바 ਸਕਦੀਆਂ ਤੁਹਾਡੀਆਂ ਮੇਨ ਮਾਰ 50 50000 ਜਾਨਾ ਆ ਤੁੰਦ ਜਦੋਂ ਪੈਂਦੀ ਉਦੋਂ ਜਾਨੀਆ ਠੀਕ ਹੈ ਜੇ ਅਸੀਂ ਟੈਕਸ ਦਿੰਨੇ ਟੋਲਪਲਾਜਾ ਇੰਨਾ ਪੈਸਾ ਖਰਚਦੇ ਆ ਤੇ ਉਥੇ ਨਾਰੇ ਨਹੀਂ ਤੁਹਾਡੇ ਕੋਲ ਵੱਜਦੇ ਵੀ ਆ ਸੈਂ ਲਾਵੋ ਇਲੈਕਟ੍ਰੋਨਿਕ ਸੈਂ ਲਾਵੋ ਜਿਹਦਾ ਬਾਹਰ ਹਾਈਵੇ ਉੱਤੇ ਲੱਗਿਓ ਆ ਤੇ ਇਸ ਤਰ੍ਹਾਂ ਨਹੀਂ ਹਾਈਵੇ ਉੱਤੇ ਸੈਂ ਲੱਗਣਾ ਤੁੰਦ ਵਿੱਚ ਐਕਸੀਡੈਂਟ ਹੋਣਾ ਹੀ ਹੋਣਾ ਨਹੀਂ ਬਚ ਸਕਦੇ ਕਿਸੇ ਪਾਸੇ ਤੋਂ ਉਸ ਇਹ ਹੋਣਗੇ ਐਕਸੀਡੈਂਟ ਹਰ ਹਾਲਤ ਦੇ ਵਿੱਚ ਇੱਧਰਲੇ ਹਾਈਵੇ ਤੇ ਉੱਧਰਲੇ ਤੇ ਉੱਧਰਲੇ ਨਹੀਂ ਇੱਧਰਲੇ ਇਹ ਹੋਣੀ ਹੈ ਜੇ ਉਹ ਲੱਗੇ ਹੋਣਗੇ ਉੱਚ ਬਚਾਹ ਜੂਗਾ ਡਰਾਈਵਰ ਨੂੰ ਪਤਾ ਲੱਗ ਜਾਣਾ ਅੱਗੇ ਸੇਨ ਆ ਜਾਣਾ ਗੱਡੀਆਂ ਦਾ ਐਕਸੀਡੈਂਟ ਹੋਇਆ 30 ਦੀ ਸਪੀਡ ਹੈ 30 ਤੇ ਜਾਵਾਂ 50 ਦੀ 50 ਤੇ ਜਾਵਾਂ ਠੀਕ ਹੈ ਡਰਾਈਵਰ ਨੂੰ ਪਤਾ ਲੱਗਦਾ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਹੈਗਾ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜਿੰਨੇ ਮੇਰੇ ਸਬਸਕ੍ਰਾਈਬਰ ਨੇ ਤੈਅ ਦਾ ਧੰਨਵਾਦ ਕਰਦਾ ਕਬੈਤ ਹੈ ਮੁੰਡੇ ਆਪਣੇ ਬਹਿਰੀਨ ਹੈ ਕਬੈਤ ਮਾਨ ਸਿੰਘ ਦਾ ਬੜਾ ਆਪਣੇ ਤੇਲ ਦੇ ਟੈਂਕਰ ਉਹਨਾਂ ਦਾ ਕੰਮ ਕਮ ਚਲਾਉਂਦਾ ਚਲਾਉਂਦਾ ਹੈ ਬੜਾ ਮੇਰਾ ਕਹਿੰਦਾ ਭਾਜੀ ਨਾਂ ਜ਼ਰੂਰ ਬੋਲੋ ਮੈਂ ਮਾਨ ਸਿੰਘ ਵਾ ਬੜਾ ਕਾਫੀ ਨਾਲ ਜੁੜੇ ਹੋਏ ਨੇ ਕਵੇਤੋਂ ਸਾਊਦੀਆ ਰਹ ਦਵੇਤੋਂ ਤੇ ਇਹਦੇ ਤੋਂ ਤੁਹਾਡਾ ਤਨਭਾਲ ਕਰਦਾ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਬਾਏ ਬਾਏ